ਬਠਿੰਡਾ ਦੇ ਪਿੰਡ ਮਹਿਮਾ ਸਵਾਈ ਵਿੱਚ ਇੱਕ ਕਿਸਾਨ ਹੀ ਕਿਸਾਨ ਦੀ ਜਾਨ ਦਾ ਵੈਰੀ ਬਣ ਗਿਆ। ਸਤਪਾਲ ਸਿੰਘ ਨਾਮ ਦੇ ਕਿਸਾਨ ਨੂੰ ਪਿੰਡ ਦੇ ਬੇਲੀ ਕਿਸਾਨ ਸੁਖਦੀਪ ਸਿੰਘ ਨੇ ਸਿਰਫ ਇਸ ਗੱਲੋਂ ਮਾਰ ਦਿੱਤਾ ਕਿਉਂਕਿ ਸਤਪਾਲ ਨੇ ਉਸਦੀ ਮਰਜ਼ੀ ਖਿਲਾਫ ਜ਼ਮੀਨ ਠੇਕੇ 'ਤੇ ਲਈ ਸੀ। ਦਰਅਸਲ ਉਹ ਜ਼ਮੀਨ ਪਹਿਲਾਂ ਸੁਖਦੀਪ ਸਿੰਘ ਕੋਲ ਸੀ ਜਿਸ ਨੂੰ ਹੁਣ ਸਤਪਾਲ ਨੇ ਠੇਕੇ 'ਤੇ ਲਿਆ ਸੀ। ਇਸੇ ਖੁੰਦਕ ਵਿੱਚ ਸੁਖਦੀਪ ਨੇ ਆਪਣੀ ਬੰਦੂਕ ਸਤਪਾਲ 'ਤੇ ਤਾਣ ਕੇ ਉਸਨੂੰ ਜਾਨੋਂ ਮਾਰ ਦਿੱਤਾ। ਸਤਪਾਲ ਨੇ ਪਿੰਡ ਦੇ ਇੱਕ ਆਦਮੀ ਤੋਂ 42,000 ਰੁਪਏ ਦੇ ਹਿਸਾਬ ਨਾਲ ਜ਼ਮੀਨ ਠੇਕੇ 'ਤੇ ਲਈ ਸੀ। ਸੁਖਦੀਪ ਨੂੰ ਨਾਰਾਜ਼ਗੀ ਤਾਂ ਹੋਈ ਕਿਉਂਕਿ ਉਹ ਜ਼ਮੀਨ ਉਹ ਪਿਛਲੇ 5 ਸਾਲਾਂ ਤੋਂ 40,000 ਰੁਪਏ ਦੇ ਹਿਸਾਬ ਨਾਲ ਪਾ ਰਿਹਾ ਸੀ। ਇਸੇ ਗੱਲ ਨੂੰ ਲੈ ਕੇ ਦੋਹਾਂ ਵਿੱਚ ਤਕਰਾਰ ਹੋ ਗਈ ਅਤੇ ਉਸਨੇ ਕਿਸਾਨ ਸਤਪਾਲ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ।